ਇਹਨਾਂ ਪਿੰਡਾਂ 'ਚ ਕਮਾਲੇ ਵਾਲਾ ਫਰੀਦੇ ਵਾਲਾ ਆ ਰਿਹਾ ਸਾਂ ਅਤੇ ਇੱਥੇ ਸਮੱਸਿਆ ਤਾਰ ਦੀ ਬਹੁਤ ਜ਼ਿਆਦਾ ਜਿਹੜੀ ਕੰਪੈਨਾਂ ਦੇ ਨਾਲ ਲੱਗਦੀ ਹੈ। ਐਸਡੀਓ ਸਾਹਿਬ ਨਾਲ ਗੱਲ ਕੀਤੀ ਮੱਲਾਂ ਵਾਲੇ ਨਾਲ, ਉਹਨੇ ਵੀ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕੀਤੀ, ਪਰਮਿਟ ਲੈ ਕੇ ਮੈਂ ਦਵਾ ਦਵ ਲਾਈਨ ਕਟਾ ਦੇਣਾ ਅਤੇ ਤੁਸੀਂ ਕੱਟ ਲਓ। ਅਤੇ ਮੇਰਾ ਲੜਕਾ ਚਲਾ ਰਿਹਾ ਸੀ, ਰੱਬ ਵੱਲੋਂ ਅੱਜ ਲਾਈਟ ਨਹੀਂ ਹੈਗੀ ਅਤੇ ਬਚਾਅ ਹੋ ਗਿਆ, ਨਹੀਂ ਤਾਂ ਖੁਰੇ ਨੁਕਸਾਨ ਕਿੰਨਾ ਕੁ ਹੁੰਦਾ। ਪਹਿਲਾਂ ਵੀ ਇਹ ਕਣਕ ਵੱਢ ਕੇ ਗਏ ਸੀ ਭਾਊ ਹਰੀ ਮੇਰੀ, ਉਦੋਂ ਵੀ ਇਹ ਤਾਰਾਂ ਲੱਗਦੀਆਂ ਸੀ। ਦੋ ਖੰਭੇ ਵੀ ਟੁੱਟੇ ਸੀ ਪਿਛਲੀ ਵਾਰੀ, ਉਹ ਵੀ ਅਸੀਂ ਆਪਦੇ ਕੋਲੋਂ ਖਰਚਾ ਕਰਕੇ ਗਡਵਾਏ। ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ ਮੈਂ ਬਲਾਕ ਦਾ ਪ੍ਰਧਾਨ ਹੋਣ ਦੇ ਨਾਤੇ ਜੀ, ਨਾਲ ਦੀ ਨਾਲ ਮੇਰੇ ਕੋਲ ਕੰਪੈਨ ਮੈਂ 2008 ਤੋਂ ਚਲਾ ਰਿਹਾ, ਨਾਂ ਮੇਰਾ ਪ੍ਰਕਾਸ਼ ਸਿੰਘ ਹੈ। 2008 ਤੋਂ ਹੀ ਮੈਂ ਇਹਨਾਂ ਪਿੰਡਾਂ 'ਚ ਕਮਾਲੇ ਵਾਲਾ ਫਰੀਦੇ ਵਾਲਾ ਆ ਰਿਹਾ ਸਾਂ ਅਤੇ ਇੱਥੇ ਸਮੱਸਿਆ ਤਾਰ ਦੀ ਬਹੁਤ ਜ਼ਿਆਦਾ ਜਿਹੜੀ ਕੰਪੈਨਾਂ ਦੇ ਨਾਲ ਲੱਗਦੀ ਹੈ। ਇੱਕ ਦਿਨ ਅੱਜ ਤੋਂ 3 ਕੁ ਦਿਨ ਪਹਿਲੋਂ ਕਮਾਲੇ ਵਾਲੇ ਪਿੰਡ ਦੇ ਵਿੱਚ ਉੱਥੇ ਵੱਡੀ 11,000 ਵੋਲਟ ਦੇ ਨਾਲ ਮੇਰੀ ਕੰਪੈਨ ਲੱਗੀ, ਉੱਦਣ ਵੀ ਮੇਰਾ ਲੜਕਾ ਚਲਾ ਰਿਹਾ ਸੀ। ਐਸਡੀਓ ਸਾਹਿਬ ਨਾਲ ਗੱਲ ਕੀਤੀ ਮੱਲਾਂ ਵਾਲੇ ਨਾਲ, ਉਹਨੇ ਵੀ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕੀਤੀ, ਪਰਮਿਟ ਲੈ ਕੇ ਮੈਂ ਦਵਾ ਦਵ ਲਾਈਨ ਕਟਾ ਦੇਣਾ ਅਤੇ ਤੁਸੀਂ ਕੱਟ ਲਓ। ਮੁੜ ਕੇ ਮੈਨੂੰ ਟੈਲੀਫੋਨ ਕਰਿਆ ਜੇ ਮੈਂ ਲਵਾ ਦਿਆਂਗਾ, ਪਰ ਉਦੋਂ ਬਾਅਦ ਮੈਂ ਵੇਹਦਾ ਰਿਹਾ ਮੈਂ ਐਸਡੀਓ ਸਾਹਿਬ ਨੂੰ ਅਤੇ ਲਾਈਨਮੈਨ ਨਾਲ ਗੱਲ ਕੀਤੀ, ਉਹਨਾਂ ਮੈਂ ਭਾਈ ਇਹ ਖੰਭਾ ਲਵਾ ਕੇ ਤਾਰਾਂ ਜਿਹੜੀਆਂ ਨੇ ਉੱਚੀਆਂ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੁਲਵਿੰਦਰ ਸਿੰਘ ਬੋਲ ਰਿਹਾ ਜੀ। ਇਹ ਮੇਰੀ ਜ਼ਮੀਨ ਹੈ ਜੀ। 6 ਮਹੀਨਿਆਂ ਤੋਂ ਪਹਿਲਾਂ ਵੀ ਇਹ ਕਣਕ ਵੱਢ ਕੇ ਗਏ ਸੀ ਭਾਊ ਹਰੀ ਮੇਰੀ, ਉਦੋਂ ਵੀ ਇਹ ਤਾਰਾਂ ਲੱਗਦੀਆਂ ਸੀ। ਅਸੀਂ ਬਿਜਲੀ ਵਾਲਿਆਂ ਨੂੰ ਬਹੁਤ ਕਿਹਾ, ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਸਾਡੀ ਹੋਈ। ਹੁਣ ਫਿਰ ਝੋਨਾ ਵੱਢਣ ਆਏ ਅਤੇ ਅੱਜ ਫਿਰ ਪੈਣ ਲੱਗੀ ਆ ਤਾਰਾਂ ਨੂੰ, ਅਤੇ ਇਹਦੇ ਵਿੱਚ 2 ਖੰਭੇ ਵੀ ਟੁੱਟੇ ਸੀ ਪਿਛਲੀ ਵਾਰੀ, ਉਹ ਵੀ ਅਸੀਂ ਆਪਦੇ ਕੋਲੋਂ ਖਰਚਾ ਕਰਕੇ ਗਡਵਾਏ। ਅਤੇ ਇਹਦੇ ਵਿੱਚ ਸਾਡਾ ਜੀ ਮਸਲਾ ਹੱਲ ਹੋਣਾ ਚਾਹੀਦਾ ਜੀ। ਇਹ ਤਾਰਾਂ ਮੰਗ ਕੀ ਤੁਹਾਡੀ? ਸਾਡੀ ਮੰਗ ਇਹ ਆ ਵੀ ਇਹ ਤਾਰਾਂ ਉੱਚੀਆਂ ਕਰਵਾਈਆਂ ਜਾਣ। ਇਹ ਕਮਾਲਾ ਮਿਡੂ ਫੀਡਰ ਪੈਂਦਾ ਜੀ ਸਾਨੂੰ, ਬਿਜਲੀ ਮਹਿਕਮੇ ਦੀ ਜ਼ਿੰਮੇਵਾਰੀ। ਹਾਂਜੀ, ਬਿਜਲੀ ਮਹਿਕਮੇ ਦੀ ਜ਼ਿੰਮੇਵਾਰੀ ਜੀ। ਅੱਗੇ ਵੀ ਜਾਈ ਨੂੰ ਕਈ ਵਾਰੀ ਕਿਹਾ, ਪਰ ਉਹਨਾਂ ਨੇ ਕੋਈ ਵੱਡੀ ਲੈਣ ਦੀਆਂ ਤਾਰਾਂ ਨੇ ਜੀ, ਅਤੇ ਕੋਈ ਨੁਕਸਾਨ ਹੋ ਸਕਦਾ ਜੀ ਕਿਸੇ ਟਾਈਮ ਵੀ ਇਸਦਾ। ਹਾਂਜੀ, ਲੜਕਾ ਚਲਾ ਰਿਹਾ ਸੀ, ਰੱਬ ਵੱਲੋਂ ਅੱਜ ਲਾਈਟ ਨਹੀਂ ਹੈਗੀ ਅਤੇ ਬਚਾਅ ਹੋ ਗਿਆ, ਨਹੀਂ ਤਾਂ ਖੁਰੇ ਨੁਕਸਾਨ ਕਿੰਨਾ ਕੁ ਹੁੰਦਾ, ਕੰਪੈਨ ਦਾ ਹੁੰਦਾ, ਬੰਦੇ ਦਾ ਹੁੰਦਾ, ਕੀ ਹੁੰਦਾ। ਪਰ ਇੱਥੇ ਜੋ ਬਿਜਲੀ ਬੋਰਡ ਵਾਲੇ ਨੇ ਇਹ ਕੋਈ ਐਡੀ ਸੁਣਵਾਈ ਨਹੀਂ ਕਰਦੇ। ਮੈਂ ਤਾਂ 2008 ਤੋਂ ਹੀ ਆ ਗੁੱਛੇ ਵੇਖਣ ਲੱਗਾ ਹੈ ਜ਼ਮੀਨ ਦੇ ਵਿੱਚ, ਜਦੋਂ ਦਾ ਮੈਂ ਇੱਥੇ ਆਣ ਕੇ ਵੇਹਣਾ ਦੇ। ਅੱਜ ਮੈਂ ਹੁਣ ਆਪਦੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ ਬਲਾਕ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਪੱਤਰਕਾਰ ਨੂੰ ਇੱਥੇ ਸੱਦਿਆ, ਮੈਂ ਭਾਈ ਆਣ ਕੇ ਵੇਖ, ਤੂੰ ਹੀ ਇਹਨਾਂ ਨੂੰ ਜਗਾ ਬਿਜਲੀ ਬੋਰਡ ਵਾਲਿਆਂ ਨੂੰ ਜੇ ਕੋਈ ਖੰਭਿਆਂ ਦਾ ਕਰਨ। ਵੀਰ ਜੀ, ਮੈਂ ਕੰਪੈਨ ਚਲਾ ਰਿਹਾ ਸਾਂ ਅਤੇ ਕੰਪੈਨ ਦੇ ਤਾਰਾਂ ਦੀ ਬਹੁਤ ਸਮੱਸਿਆ ਆਉਂਦੀ ਹੈ। ਅੱਗੇ ਵੀ ਕਈ ਵਾਰ ਕੰਪੈਨ ਤਾਰਾਂ ਨੂੰ ਲੱਗ ਜਾਂਦੀ, ਕੱਟੇ ਕਰਕੇ ਪਤਾ ਨਹੀਂ ਲੱਗਦਾ, ਫਿਰ ਖੰਭੇ ਟੁੱਟ ਜਾਂਦੇ ਨੇ। ਕਈ ਵਾਰ ਤਾਂ ਵੱਡੀਆਂ ਲੈਣਾ ਮਸ਼ੀਨ ਦੇ ਉੱਪਰ ਹੀ ਡਿੱਗ ਪੈਂਦੀਆਂ ਖੰਭੇ ਟੁੱਟ ਕੇ। ਤਾਰਾਂ ਦੀ ਬਹੁਤ ਜ਼ਿਆਦਾ ਸਮੱਸਿਆ, ਜਿਵੇਂ ਹੁਣ ਤਾਰਾਂ ਕੰਬਾਈਨ ਦੇ ਨਾਲ ਲੱਗੀਆਂ ਹੋਈਆਂ ਨੇ ਜੀ। ਹਾਂਜੀ, ਬਹੁਤ ਇਹ 2006 ਤੋਂ ਲੈ ਕੇ 2006 ਤੋਂ ਲੈ ਕੇ ਅਸੀਂ ਇੱਥੇ ਆ ਰਹੇ ਹਾਂ। 2006 ਤੋਂ ਲੈ ਕੇ ਹੀ ਇਹ ਸਮੱਸਿਆ ਤਾਰਾਂ ਦੀ ਹੈਗੀ ਹੈ ਜੀ। ਇਹ 2-3 ਪਿੰਡਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਸਮੱਸਿਆ ਜੀ। 2-3 ਮੰਗ ਅਸੀਂ ਇਹ ਕਰਦੇ ਹਾਂ ਵੀ ਤਾਰਾਂ ਦਾ ਮਸਲਾ ਹੱਲ ਕੀਤਾ ਜਾਵੇ, ਇਹਨਾਂ ਨੂੰ ਉੱਚੀਆਂ ਕੀਤਾ ਜਾਵੇ। ਜਿਹੜੇ ਖੰਭੇ ਟੁੱਟੇ ਨੇ, ਇੱਕ ਇੱਧਰ ਦਿਖਾ ਦਿੰਦੇ ਹਾਂ ਤੁਹਾਨੂੰ, ਉਹ ਖੰਭਾ ਟੁੱਟਾ ਵੀ ਹੋਇਆ ਜੀ, ਅਤੇ ਖੰਭੇ ਜਿਹੜੇ ਟੁੱਟੇ ਨੇ ਉਹ ਨਵੇਂ ਲਾਏ ਜਾਣ ਜੀ। ਸਾਡੀ ਮੰਗ ਇਹ ਆ ਵੀ ਇਹ ਤਾਰਾਂ ਉੱਚੀਆਂ ਕਰਵਾਈਆਂ ਜਾਣ। ਇਹ ਕਮਾਲਾ ਮਿਡੂ ਫੀਡਰ ਪੈਂਦਾ ਜੀ ਸਾਨੂੰ, ਬਿਜਲੀ ਮਹਿਕਮੇ ਦੀ ਜ਼ਿੰਮੇਵਾਰੀ। ਹਾਂਜੀ, ਬਿਜਲੀ ਮਹਿਕਮੇ ਦੀ ਜ਼ਿੰਮੇਵਾਰੀ ਜੀ। ਅੱਗੇ ਵੀ ਜਾਈ ਨੂੰ ਕਈ ਵਾਰੀ ਕਿਹਾ, ਪਰ ਉਹਨਾਂ ਨੇ ਕੋਈ ਵੱਡੀ ਲੈਣ ਦੀਆਂ ਤਾਰਾਂ ਨੇ ਜੀ, ਅਤੇ ਕੋਈ ਨੁਕਸਾਨ ਹੋ ਸਕਦਾ ਜੀ ਕਿਸੇ ਟਾਈਮ ਵੀ ਇਸਦਾ।